ਬੜੇ ਜ਼ਿਆਦੇ ਲੋਕ ਜ਼ਮੀਨ ਨੂੰ ਮਿਣਨਾ ਨਹੀਂ ਜਾਣਦੇ ਜਾਂ ਫਿਰ ਆਪਾਂ ਕੋਈ ਜ਼ਮੀਨ ਨੂੰ ਮਿਣਨ ਦੇ ਵਾਸਤੇ ਗਲਤ ਢੰਗ ਗਲਤ ਮੈਥਡ ਬਣਾ ਲੈਨੇ ਆ ਜਾਂ ਜ਼ਿਆਦਾ ਔਖਾ ਜਿਹੜਾ ਤਰੀਕਾ ਅਪਣਾ ਲੈਨੇ ਆ ਜਿਹਦੇ ਕਾਰਨ ਜਦੋਂ ਤਰ ਲੋਕ ਜਿਹੜੇ ਜ਼ਮੀਨ ਗਲਤ ਮਿਣ ਬੈਂਦੇ ਨੇ ਜਾਂ ਫਿਰ ਜਿਹੜੀ ਨਵੀਂ ਜਾਂ ਫਿਰ ਆਪਾਂ ਕਹਿ ਲਈਏ ਮੀਡੀਅਮ ਪਨੀਰੀਏ ਜਿਹੜੇ 25 20 ਸਾਲ ਦੇ ਨੌਜਵਾਨ ਨੇ ਵਾਈ ਕਰਦੇ ਨੇ ਖੇਤੀ ਕਰਦੇ ਨੇ ਉਹ ਇਸ ਬੇਸਿਕ ਢੰਗ ਤਰੀਕਿਆਂ ਨੂੰ ਨਹੀਂ ਜਾਣਦੇ ਜਿਨ੍ਹਾਂ ਦੇ ਕਾਰਨ ਅਕਸਰ ਆਪਾਂ ਨੂੰ ਮੁਸ਼ਕਲ ਜੜੀ ਦੇਖਣ ਨੂੰ ਮਿਲਦੀ ਏ ਪਰ ਅੱਜ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਜਿਹੜਾ ਬੰਦਾ ਬਿਲਕੁਲ ਸਕੂਲ ਵੀ ਕਦੇ ਨਹੀਂ ਗਿਆ ਇੱਕ ਜਮਾਤ ਵੀ ਨਹੀਂ ਪੜਿਆ ਉਹ ਬੰਦਾ ਵੀ ਜ਼ਮੀਨ ਨੂੰ ਮਿਣਾਣਾ ਸਿੱਖ ਜਾਊਗਾ ਇੰਨੇ ਇੱਕ ਜਿਆਦੇ ਸਰਲ ਤਰੀਕੇ ਦੇ ਨਾਲ ਇੰਨੇ ਇੱਕ ਜਿਆਦੇ ਸੌਖੇ ਢੰਗ ਦੇ ਨਾਲ ਆਪਾਂ ਤੁਹਾਨੂੰ ਇੱਕ ਇੱਕ ਗੱਲ ਜੜੀ ਬਿਲਕੁਲ ਡਿਟੇਲ ਦੇ ਨਾਲ ਸਮਝਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਤੇ ਜਿਹੜੇ ਨਵੇਂ ਫਾਰਮਰ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਜੜੀਆਂ ਨੂੰ ਦਬਾ ਲਓ ਸਭ ਤੋਂ ਪਹਿਲੇ ਨੰਬਰ ਤੇ ਕਿਸੇ ਵੀ ਜ਼ਮੀਨ ਨੂੰ ਮਿਣਨ ਦੇ ਵਾਸਤੇ ਜਿਹੜੀ ਸ਼ੁਰੂਆਤ ਹੁੰਦੀ ਏ ਉਹ ਹੁੰਦੀ ਏ ਇੰਚਾਂ ਤੋਂ ਇਹਦੇ ਤੋਂ ਬਾਅਦ ਦੇ ਵਿੱਚ ਫੁੱਟਾਂ ਤੋਂ ਫੁੱਟਾਂ ਤੋਂ ਬਾਅਦ ਦੇ ਵਿੱਚ ਮੀਟਰ ਕਰਮ ਸਰਸਾਈ ਮਰਲੇ ਕਨਾਲ ਤੇ ਉਹਦੇ ਤੋਂ ਬਾਅਦ ਦੇ ਵਿੱਚ ਜਾ ਕੇ ਆਉਂਦੇ ਨੇ ਕਿੱਲੇ ਜੇਕਰ ਆਪਾਂ ਬਿਲਕੁਲ ਬੇਸਿਕ ਨੌਲੇਜ ਤੋਂ ਚੱਲਦੇ ਆ ਬਿਲਕੁਲ ਥੱਲਿਓਂ ਸੌਖੇ ਢੰਗ ਦੇ ਨਾਲ ਜਾਣਨਾ ਚਾਹੁੰਦੇ ਆ ਤਾਂ ਆਪਾਂ ਨੂੰ ਮੀਟਰ ਤੋਂ ਹਮੇਸ਼ਾ ਜਿਹੜਾ ਚੱਲਣਾ ਚਾਹੀਦਾ ਏ ਇੱਕ ਮੀਟਰ ਦੇ ਵਿੱਚ 3.28 ਜਿਹੜੇ ਫੁੱਟ ਹੁੰਦੇ ਨੇ 3.28 ਫੁੱਟ ਦਾ ਇੱਕ ਜਿਹੜਾ ਮੀਟਰ ਹੁੰਦਾ ਹੈ ਤੇ ਮੀਟਰ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਲੱਤਾਂ ਦੇ ਨਾਲ ਤੁਰ ਕੇ ਜਿਹੜੀ ਕਰਮ ਮਾਰਦੇ ਆ ਉਹਦੇ ਵਿੱਚ 5.5 ਫੁੱਟ ਇੱਕ ਕਰਮ ਦੇ ਵਿੱਚ ਹੁੰਦੇ ਨੇ ਜਾਂ ਫਿਰ ਆਪਾਂ ਕਹਿ ਲਈਏ 66 ਇੰਚ ਦੀ ਜਿਹੜੀ ਇੱਕ ਕਰਮ ਹੁੰਦੀ ਏ ਕਰਮ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਆਉਂਦੀ ਏ ਸਰਸਾਈ ਇੱਕ ਸਰਸਾਈ ਜਿਹੜੀ ਏ ਉਹਦੇ ਵਿੱਚ ਇੱਕ ਸਕੁਅਰ ਕਰਮ ਹੁੰਦੀ ਏ ਮੰਨ ਕੇ ਚਲੋ ਤੁਸੀਂ ਇੱਕ ਕਰਮ ਦਾ ਡੱਬਾ ਬਣਾ ਲਿਆ ਚਾਰ ਸਫੇਰੇ ਨੂੰ ਇੱਕ ਕਰਮ ਉਸ ਬੰਨੇ ਨੂੰ ਦੂਸਰੀ ਕਰਮ ਕਰਮ ਚਾਰ ਸਫੇਰੇ ਮਾਰ ਕੇ ਤਾਂ ਤੁਹਾਡੀ ਜ਼ਮੀਨ ਜਿਹੜੀ ਇੱਕ ਸਰਸਾਈ ਜ਼ਮੀਨ ਬਣ ਜਾਊਗੀ ਸਰਸਾਈ ਤੋਂ ਬਾਅਦ ਵਿੱਚ ਅਗਲੇ ਨੰਬਰ ਤੇ ਆਉਂਦਾ ਹੈ ਮਰਲਾ ਜਿਹਦੀ ਹਰ ਇੱਕ ਜ਼ਿਮੀਂਦਾਰ ਨੂੰ ਹਰ ਇੱਕ ਕਿਸਾਨ ਨੂੰ ਜਾਂ ਫਿਰ ਕਿਸੇ ਵੀ ਬੰਦੇ ਨੂੰ ਜਿਹਦੇ ਕੋਲ ਜ਼ਮੀਨ ਨਹੀਂ ਵੀ ਹੈਗੀ ਉਹਨੂੰ ਵੀ ਜਿਹੜੀ ਘਰ ਬਣਾਉਣ ਲੱਗੇ ਆ ਕਿਤੇ ਨਾ ਕਿਤੇ ਮਰਲੇ ਜਗ੍ਹਾ ਦੀ ਮਣਨ ਦੀ ਜਿਹੜੀ ਜ਼ਰੂਰ ਲੋੜ ਪੈ ਹੀ ਜਾਂਦੀ ਏ ਸੋ ਇੱਕ ਮਰਲੇ ਦੇ ਵਿੱਚ ਨੌਂ ਸਰਸਾਈਆਂ ਹੁੰਦੀਆਂ ਨੇ ਯਾਨੀ ਕਿ ਜੇ ਆਪਾਂ ਫੁੱਟਾਂ ਦੇ ਵਿੱਚ ਗਰੀਏ ਤਾਂ 272.5 ਸਕੁਅਰ ਫੁੱਟ ਜਿਹੜੇ ਇੱਕ ਮਰਲੇ ਦੇ ਵਿੱਚ ਹੁੰਦੇ ਨੇ ਜੇਕਰ ਤੁਸੀਂ ਇੱਕ ਮਰਲਾ ਜਗ੍ਹਾ ਮਣਨਾ ਚਾਹੁੰਦੇ ਹੋ ਤਾਂ ਇਹਦੇ ਵਾਸਤੇ ਤੁਹਾਨੂੰ 3 बाई 3 ਕਰਮਾ ਜੜੀਆਂ ਮਾਰਨੀਆਂ ਪੈਣਗੀਆਂ 3 ਕਰਮਾ ਇੱਕ ਪਾਸੇ ਨੂੰ ਤੇ ਤਿੰਨ ਕਰਮਾ ਜੜੀਆਂ ਦੂਸਰੇ ਪਾਸੇ ਨੂੰ ਜੇਕਰ ਤੁਸੀਂ ਫੁੱਟਾਂ ਦੇ ਨਾਲ ਮਿਲਣਾ ਚਾਹੁੰਦੇ ਹੋ ਕਰਮਾ ਦੇ ਨਾਲ ਨਹੀਂ ਮਿਲਣਾ ਚਾਹੁੰਦੇ ਬਿਲਕੁਲ ਪਰਫੈਕਟ ਮਿਲਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਸੀਂ 16 ਫੁੱਟ ਜਗ੍ਹਾ ਜਿਹੜੀ ਇੱਕ ਪਾਸੇ ਨੂੰ ਲੈ ਲੈਣੀ ਹੈ ਤੇ 16 ਫੁੱਟ ਜਗ੍ਹਾ ਆਪਾਂ ਦੂਸਰੇ ਪਾਸੇ ਨੂੰ ਲੈ ਲੈਣੀ ਹੈ ਇਹ ਤੁਹਾਡਾ ਇੱਕ ਮਰਲਾ ਜਿਹੜਾ ਥਾਂ ਦਾ ਹੋ ਜਾਊਗਾ ਮਰਲੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਆਉਂਦੀ ਹੈ ਕਨਾਲ ਇੱਕ ਕਨਾਲ ਜਗ੍ਹਾ ਦੇ ਵਿੱਚ 20 ਮਰਲੇ ਹੁੰਦੇ ਨੇ ਯਾਨੀ ਕਿ ਜੇਕਰ ਆਪਾਂ ਫੁੱਟਾਂ ਦੀ ਗੱਲ ਕਰੀਏ ਤਾਂ 5445 ਸਕਰ ਫੁੱਟ ਜਿਹੜੇ ਏਲੇ ਦੇ ਵਿੱਚ ਹੁੰਦੇ ਨੇ ਜੇਕਰ ਇੱਕ ਕਨਾਲ ਜਗ੍ਹਾ ਨੂੰ ਆਪਾਂ ਮੇਨਣਾ ਚਾਹੁੰਦੇ ਆ ਕਿਸੇ ਵੀ ਕੰਮ ਦੇ ਵਾਸਤੇ ਤਾਂ ਉਹਦੇ ਲਈ ਆਪਾਂ 6 ਕਰਮਾ ਇੱਕ ਪਾਸੇ ਨੂੰ ਮਾਰ ਲੈਣੀਆਂ ਨੇ ਤੇ 30 ਕਰਮਾ ਆਪਾਂ ਦੂਸਰੇ ਪਾਸੇ ਨੂੰ ਮਾਰ ਲੈਣੀਆਂ ਨੇ ਇਹ ਜਿਹੜੀ ਤੁਹਾਡੀ ਜਗ੍ਹਾ ਹੈ ਜਿਹੜਾ ਤੁਹਾਡਾ ਥਾਂ ਹੈ ਇੱਕ ਕਨਾਲ ਹੋ ਜਾਊਗਾ ਫੀਤੇ ਦੇ ਨਾਲ ਜੇਕਰ ਆਪਾਂ ਮੇਨਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਆਪਾਂ 33 ਫੁੱਟ ਥਾਂ ਇੱਕ ਪਾਸੇ ਨੂੰ ਮਿਲ ਲੈਣਾ ਹੈ ਤੇ 165 ਫੁੱਟ ਜਿਹੜਾ ਥਾਂ ਆਪਾਂ ਦੂਸਰੇ ਪਾਸੇ ਨੂੰ ਮਿਲ ਲੈਣਾ ਇਹ ਤੁਹਾਡਾ ਥਾਂ ਜਿਹੜਾ ਤੁਹਾਡੀ ਜਗ੍ਹਾ ਜੜੀਏ ਇੱਕ ਕਨਾਲ ਪੂਰੀ ਬਿਲਕੁਲ ਪਰਫੈਕਟ ਜਿਹੜਾ ਤੁਹਾਡਾ ਥਾਂ ਹੋ ਜਾਊਗਾ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਗੱਲ ਆਉਂਦੀ ਏ ਕਿਲੇ ਤੇ ਇੱਕ ਕਿਲੇ ਦੇ ਵਿੱਚ ਜਿਹੜੇ ਪੁਰਾਣੇ ਜ਼ਿੰਮੇਦਾਰ ਸਾਰੇ ਲਗਭਗ ਜਾਣਦੇ ਨੇ ਕਿ 8 ਕਨਾਲਾਂ ਹੁੰਦੀਆਂ ਨੇ ਜ਼ਿਆਦਾਤਰ ਏਰੀਆ ਦੇ ਵਿੱਚ ਕਈਆਂ ਦੇ ਵਿੱਚ 10 ਵੀ ਹੁੰਦੀਆਂ ਨੇ ਪਰ ਜ਼ਿਆਦਾਤਰ ਜਿਹੜਾ ਇੰਡੀਆ ਦੇ ਵਿੱਚ ਬਹੁਤੇ ਇਲਾਕਿਆਂ ਦੇ ਵਿੱਚ 8 ਕਨਾਲਾਂ ਹੀ ਹੁੰਦੀਆਂ ਨੇ ਤੇ 160 ਮਰਲੇ ਜਿਹੜੇ ਇੱਕ ਕਿਲੇ ਦੇ ਵਿੱਚ ਹੁੰਦੇ ਨੇ ਜੇਕਰ ਆਪਾਂ ਮੈਨਣਾ ਚਾਹੁੰਨੇ ਆ ਇੱਕ ਕਿਲਾ ਥਾਂ ਤਾਂ ਉਹਦੇ ਵਾਸਤੇ ਆਪਾਂ ਕਰਮਾਂ ਦੇ ਵਿੱਚ ਜੇਕਰ ਮੈਨਣਾ ਹੈ ਤਾਂ 36 ਕਰਮਾ ਇੱਕ ਪਾਸੇ ਨੂੰ ਮਾਰ ਲੈਣੀਆਂ ਨੇ 40 ਕਰਮਾ ਆਪਾਂ ਦੂਜੇ ਪਾਸੇ ਨੂੰ ਮਾਰ ਲੈਣੀਆਂ ਨੇ ਤੇ ਤੁਹਾਡਾ ਇੱਕ ਕਿਲਾ ਜਿਹੜਾ ਥਾਂ ਬਿਲਕੁਲ ਪਰਫੈਕਟ ਹੋ ਜਾਊਗਾ ਜੇਕਰ ਆਪਾਂ ਫੀਤੇ ਦੇ ਨਾਲ ਮੈਨਣਾ ਚਾਹੁੰਨੇ ਆ ਤਾਂ ਉਹਦੇ ਲਈ ਆਪਾਂ 198 ਫੁੱਟ ਥਾਂ ਇੱਕ ਬੰਨੇ ਨੂੰ ਮੈਨਣਾ ਹੈ ਤੇ 220 ਫੁੱਟ ਥਾਂ ਜਿਹੜਾ ਦੂਸਰੇ ਪਾਸੇ ਨੂੰ ਮੈਨਣਾ ਹੈ ਤੁਹਾਡਾ ਇੱਕ ਕਿਲਾ ਬਣ ਜਾਊਗਾ ਜੇਕਰ ਆਪਾਂ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਜਾਣਾ ਚਾਹੋਣੇ ਆ ਤਾਂ ਇੱਕ ਕਿੱਲੇ ਦੇ ਵਿੱਚ 1440 ਜਿਹੜੇ ਸਕੁਅਰ ਕਰਮ ਹੁੰਦੇ ਨੇ ਸਕੁਅਰ ਕਰਮਾ ਹੁੰਦੀਆਂ ਨੇ ਤੇ 43560 ਸਕੁਅਰ ਫੁੱਟ ਹੁੰਦੇ ਨੇ ਇੱਕ ਕਿੱਲੇ ਦੇ ਵਿੱਚ ਸੋ ਇਹ ਇੱਕ ਬੇਸਿਕ ਜਾਣਕਾਰੀ ਹੈ ਜਿਹੜੀ ਹਰ ਇੱਕ ਜ਼ਿਮੀਦਾਰ ਨੂੰ ਪਤਾ ਹੋਣੀ ਚਾਹੀਦੀ ਹੈ ਖਾਸ ਕਰਕੇ ਆਪਣੀ ਨਵੀਂ ਪਨੀਰੀ ਜਾਂ ਫਿਰ ਨਾਰਮਲ ਦਰਮਿਆਨੀ ਆਪਾਂ ਕਹਿ ਸਕਦੇ ਹਾਂ 15 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਜਿੰਨੇ ਵੀ ਨਵੇਂ ਜ਼ਿਮੀਦਾਰ ਬਣੇ ਨੇ ਜਾਂ ਕੋਈ ਵੀ ਬੰਦਾ ਨਵਾਂ ਜਦੋਂ ਵਾਈ ਕਰਦਾ ਹੈ ਤਾਂ ਉਹਨੂੰ ਖਾਸ ਕਰਕੇ ਇਹਨਾਂ ਗੱਲਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਨਾਲ ਦੀ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਇੱਕ ਜ਼ਿਮੀਦਾਰ ਪਰਿਵਾਰ ਹੈ ਆਪਣਾ ਤੇ ਜੇਕਰ ਆਪਣੇ ਬੱਚਿਆਂ ਨੂੰ ਆਪਣੀ ਜ਼ਮੀਨ ਮਿਣਨ ਦੇ ਬਾਰੇ ਹੀ ਨਹੀਂ ਪਤਾ ਕਿਦਣਾ ਕਿਤੇ ਆਪਾਂ ਆਪਣੀ ਜ਼ਮੀਨ ਦੇ ਨਾਲੋਂ ਟੁੱਟਦੇ ਆ ਬੱਚੇ ਜਿਹੜੇ ਦੂਰ ਹੁੰਦੇ ਜਾਂਦੇ ਨੇ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਜੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਗੱਲਾਂ ਦਾ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਜਿਹੜੇ ਜ਼ਮੀਨ ਦੇ ਨਾਲ ਜੁੜਨੇ ਚਾਹੀਦੇ ਨੇ ਜ਼ਰੂਰ ਵੱਧ ਤੋਂ ਵੱਧ ਭੈਣਾ ਭਰਾਵਾਂ ਦੇ ਨਾਲ ਵੀਡੀਓ ਸ਼ੇਅਰ ਕਰਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ